Z5 ऐप डाउनलोड करो ते देखो पूरे एपिसोड बिल्कुल फ्री। मैं आपके परिवार के नाल रहना चाहना। प्यार नजर नहीं आ रहा, इस घर की खुशियां नजर नहीं आ रही। कि थोड़ा गुस्सा इस घर की खुशियां तो वध के है। ਕਿੱਦਾਂ ਦਾ ਗੁੱਸਾ ਹੋਇਆ, ਕਿੱਦਾਂ ਦੀ ਜ਼ਿੱਦ ਹੋਈ, ਇਹਦਾ ਤਾਂ ਵੀ ਕਿਹੜਾ ਗੁੱਸਾ, ਇਹਦਾ ਦੀ ਵੀ ਕਿਹੜੀ ਨਾਰਾਜ਼ਗੀ। ਹਾਂ ਮਨਰਾਜ, ਇੱਕ ਵਾਰ ਤੂੰ ਵੀ ਬੋਲ ਦੇ ਕਿ ਤੂੰ ਵੀ ਨਹੀਂ ਚਾਹੁੰਦਾ ਕਿ ਇਹ ਘਰ ਟੁੱਟੇ। ਇੱਕ ਵਾਰ ਆਪਣੇ ਦਿਲ ਨੂੰ ਪੁੱਛ, ਪੱਕਾ ਇਹੀ ਜਵਾਬ ਮਿਲੂਗਾ ਕਿ ਤੂੰ ਵੀ ਸਾਡੇ ਸਾਰਿਆਂ ਨਾਲ ਰਹਿਣਾ ਚਾਹੁੰਦਾ ਹੈ। ਹਾਂ ਮਨਰਾਜ, ਜੇ ਤੂੰ ਹੁਣ ਵੀ ਆਪਣੇ ਪੈਰ ਸਾਡੇ ਵੱਲ ਨਾ ਵਧਾਏ ਨਾ ਕਿਤੇ ਤੈਨੂੰ ਜ਼ਿੰਦਗੀ ਚ ਸਾਰੀ ਉਮਰ ਪਛਤਾਣਾ ਨਾ ਪੈ ਜੇ। ਸਾਰੇ ਸਹੀ ਕਹਿ ਰਹੇ ਨੇ, ਇਸ ਘਰ ਦੇ ਵਿੱਚ ਸਾਰਿਆਂ ਦੀ ਜਾਨ ਵਸਦੀ ਹੈ। ਇਸ ਘਰ ਦੇ ਵਿੱਚ ਸਾਡੇ ਬਚਪਨ ਦੀਆਂ ਯਾਦਾਂ ਜੁੜੀਆਂ ਨੇ, ਉਹ ਯਾਦਾਂ ਜਿਹਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ। ਉਹ ਯਾਦਾਂ ਜਿਹਦੇ 'ਚ ਆਪਣਿਆਂ ਦਾ ਪਿਆਰ ਹੈ, ਇੱਕ ਦੂਜੇ ਦਾ ਸਾਥ ਹੈ। ਇਹ ਸਭ ਤਾਂ ਉਹ ਹੈ ਜੋ ਦਿਲ ਨੇ ਸਾਂਭ ਕੇ ਰੱਖਿਆ ਹੈ। ਔਰ ਦਿਮਾਗ ਦਾ ਕੀ, ਦਿਮਾਗ 'ਚ ਤਾਂ ਡਰ ਹੈ। ਤੀਜੇ ਦੇ ਨਾਮ ਦੀ ਦਹਿਸ਼ਤ ਹੈ, ਉਹ ਹਰ ਇੱਕ ਪਲ ਹੈ ਜਦੋਂ ਸਾਨੂੰ ਟੋਰਚਰ ਕੀਤਾ ਗਿਆ। ਨਵੇਂ ਨਵੇਂ ਰੂਲ ਬਣਾ ਕੇ ਸਾਨੂੰ ਸਤਾਇਆ ਗਿਆ, ਸਾਡੇ ਤੇ ਰਹਿਮ ਨਾ ਕੀਤੇ ਬਿਨਾਂ ਰਾਤ ਰਾਤ ਭਰ ਜਗਾਇਆ ਗਿਆ। ਬੇਸ਼ੱਕ ਜੀਜੇ ਨੇ ਸਾਨੂੰ ਸਾਰੀ ਦੁਨੀਆ ਤੋਂ ਬਚਾ ਕੇ ਰੱਖਿਆ ਹੈ, ਪਰ ਸਾਨੂੰ ਦੁਨੀਆ 'ਚ ਕਦੇ ਖੁੱਲ੍ਹ ਕੇ ਸਾਹ ਨਹੀਂ ਲੈਣ ਦਿੱਤਾ। ਸਾਰੇ ਸਾਡੇ ਦੁਸ਼ਮਣਾਂ ਤੋਂ ਬਚਾ ਕੇ ਰੱਖਿਆ ਹੈ, ਪਰ ਇਸ ਪਿੰਜਰੇ 'ਚ ਕੈਦ ਕਰਕੇ ਰੱਖਤਾ ਜਿੱਥੇ ਅਸੀਂ ਆਪਣਾ ਕੁਝ ਨਹੀਂ ਕਰ ਸਕਦੇ। ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਇਸ ਪਿੰਜਰੇ 'ਚ ਨਹੀਂ ਰਹਿਣਾ ਚਾਹੁੰਦਾ। ਮੈਂ ਉੱਡਣਾ ਚਾਹੁੰਦਾ, ਆਪਣਾ ਕੁਝ ਕਰਨਾ ਚਾਹੁੰਦਾ, ਉਚਾਈਆਂ ਛੂਣਾ ਚਾਹੁੰਦਾ। ਬਸ ਕਰ ਮਹਾਰਾਜ, ਤੂੰ ਫਿਰ ਉਹੀ ਬਕਵਾਸ ਸ਼ੁਰੂ ਕਰਤੀ। ਬਕਵਾਸ ਨਹੀਂ ਹੈ, ਇਹ ਸਾਡੇ ਸਾਰਿਆਂ ਦੀ ਹਕੀਕਤ ਹੈ। ਜੋ ਤੁਹਾਨੂੰ ਕਿਸੇ ਨੂੰ ਨਜ਼ਰ ਨਹੀਂ ਆ ਰਹੀ, ਪਰ ਮੈਨੂੰ ਸਾਫ਼ ਸਾਫ਼ ਨਜ਼ਰ ਆ ਰਹੀ ਹੈ। ਜੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਮੇਰੀ ਥੋੜੀ ਜਿਹੀ ਵੀ ਇੱਜ਼ਤ ਬਚੀ ਹੈ ਤਾਂ ਹੁਣ ਬਸ ਕਰੋ, ਮੈਨੂੰ ਬਖਸ਼ ਦਿਓ, ਬਖਸ਼ ਦਿਓ ਮੈਨੂੰ।
बाबा जी किदां दे दिन विखा रहे हो। इस तो ता चंगा हुंदा कि मैनू अपने कोल। प्लीज तुसी ना जाओ मम्मी जी। दादी प्लीज दादी इदा दी गल्लां ना करो। की हो गया तुहानू सारिआं नूं? एक छोटी जी गल नूं तुसी फिल्मी ड्रामा बनाता है। इन्नी मुश्किल दे नाल साडे लई कुछ होण वाला है ते असीं पिछे किदां हट जाईए? ते इस इट मिट्टी दे घर नूं बचाण दे लई असीं सारी उमर गुलाम बन के रह जाईए? वैसे दादी तुहानू तां खुश होना चाहिदा सी कि हुण बच्चे अपने पैरां ते खलो के विखाणगे, कुछ करके विखाणगे। पर मैनू लगदा तुसी भी यही चाहते हो कि असी डीजे दी परछाई बन के रह जाइए। मैनू तां लगदा तुहानू डीजे दे अगे ना साडी खुशी दिखाई नहीं देती। तेरा दिमाग खराब है? लालच दे विच तू इन्ना डिस्परेट हो गया कि तेनू सही जां गलत समझ नहीं आ रही? शर्म वेच के खा गया तू? तेनू इन्ना अंदाजा नहीं कि दादी नाल गल कैसे करनी है? मैं की गलत कह रहा? जे तुहानू इह डिस्परेट लग रहा ना ते मैं डेस्परेट ही सही। अपने फ्यूचर दे बारे सोच रहे हैं ते ऐसी की प्रॉब्लम होगी? मन्या इस घर दे नाल साड़िया बहुत यादा जुड़िया हुई ने, पर ए पुरानी यादा दे नाल मैं अपना फ्यूचर दाव ते नहीं ला सकता ना। वैसे भी है ना सीधा सीधा ब्लैकमेल होया ना। मैं पहली बार डीजे दे सामने अपने हक दी आवाज चकी है ता तो तुहाडे सारे नु प्रॉब्लम की हो रही है? Z5 ऐप डाउनलोड करो ते वेखो सारे एपिसोड बिल्कुल फ्री।